ਸਰਕਾਰ ਬੇਈਮਾਨ, ਸਾਨੂੰ ਦਿੱਲੀ ਤੋਂ ਬਾਹਰ ਹੀ ਰੋਕਿਆ ਗਿਆ। ਪੰਜ ਪੰਜ ਛੇ ਛੇ ਦਸ ਦਸ ਕਿਲੋਮੀਟਰ ਪੈਦਲ ਚੱਲ ਕੇ ਰਾਮਲੀਲਾ ਗਰਾਊਂਡ 'ਚ ਪਹੁੰਚਣ ਨੂੰ ਮਿਲਿਆ। ਭੁੱਖਣ ਪਾਣੇ ਅਸੀਂ ਗੁਰਦੁਆਰਾ ਸਾਹਿਬ ਜਾਣ ਦਾ ਪ੍ਰੋਗਰਾਮ ਬਣਾਇਆ ਵਾ ਸੀਗਾ, ਪਰ ਕੇਂਦਰ ਦੀ ਸਰਕਾਰ ਨੇ ਸਾਨੂੰ ਗੁਰਦੁਆਰਾ ਸਾਹਿਬ ਜਾਣ ਤੋਂ ਰੋਕਿਆ। ਰਾਮਲੀਲਾ ਗਰਾਊਂਡ ਦੇ ਵਿੱਚ ਵੀ ਸਰਕਾਰ ਨੇ ਪਾਣੀ ਛੱਡ ਦਿੱਤਾ ਤਾਂ ਕਿੱਥੇ ਕਿਸਾਨਾਂ ਦਾ ਇਕੱਠ ਨਾ ਹੋਵੇ। ਇਹ ਸਾਨੂੰ ਲੋੜ ਪਈ, ਇਹ ਸਰਕਾਰ ਦਾ ਹੀਰ ਵੀਰਾ ਰਿਹਾ ਸੀ, ਕੱਪੜੇ ਲਾ ਕੇ ਵੀ ਪ੍ਰਦਰਸ਼ਨ ਕਰਾ ਗਏ ਮੋਦੀ ਸਰਕਾਰ ਦੇ ਖਿਲਾਫ। ਦਿੱਲੀ ਦੀਆਂ ਸੜਕਾਂ ਤੇ ਕਿਸਾਨ ਪਹੁੰਚ ਚੁੱਕੇ ਨੇ, ਦਿੱਲੀ ਰਾਜਧਾਨੀ ਦੇ ਵਿੱਚ ਕਿਸਾਨ ਦਾਖਲ ਹੋ ਚੁੱਕੇ ਨੇ, ਤਾਂ ਅੱਜ ਰਾਮਲੀਲਾ ਮੈਦਾਨ ਦੇ ਵਿੱਚ ਕਿਸਾਨਾਂ ਦੇ ਵੱਲੋਂ ਕਿਸਾਨ ਮਹਾਪੰਚਾਇਤ ਕਰਨੀ ਹੈ। ਤਾਂ ਜਿਹੜੇ ਕਿਸਾਨਾਂ ਨੂੰ ਦਿੱਲੀ ਪਹੁੰਚਣ ਦੇ ਉੱਤੇ ਪਹਿਲਾਂ ਪਾਬੰਦੀਆਂ ਲਾਈਆਂ ਜਾ ਰਹੀਆਂ ਸੀ, ਉਹਨਾਂ ਹੀ ਕਿਸਾਨਾਂ ਨੂੰ ਅੱਜ ਰਾਮਲੀਲਾ ਮੈਦਾਨ ਦੇ ਵਿੱਚ ਥਾਂ ਦਿੱਤੀ ਗਈ ਹੈ, ਮਹਾਪੰਚਾਇਤ ਕਰਨ ਦੀ ਇਜਾਜ਼ ਦਿੱਤੀ ਗਈ ਹੈ। ਤਾਂ ਅੱਜ ਦਿੱਲੀ ਦੀਆਂ ਸੜਕਾਂ ਦੇ ਉੱਤੇ ਕਿਸਾਨ ਮਜ਼ਦੂਰ ਜ਼ਿੰਦਾਬਾਦ ਦੇ ਨਾਰੇ ਜਿਹੜੇ ਤੁਸੀਂ ਗੂੰਜਦੇ ਹੋਏ ਨਜ਼ਰ ਆ ਰਹੇ ਨੇ ਤੁਹਾਨੂੰ, ਕਿਸਾਨ ਮੋਰਚਾ ਜ਼ਿੰਦਾਬਾਦ ਦੇ ਨਾਰੇ ਜਿਹੜੇ ਨੇ ਉਹ ਲੱਗ ਰਹੇ ਨੇ। ਤਾਂ ਇੱਧਰਲੇ ਪਾਸੇ, ਠੀਕ ਇੱਧਰਲੇ ਪਾਸੇ ਜੋ ਤੁਸੀਂ ਦੇਖੋ ਰਾਮਲੀਲਾ ਮੈਦਾਨ ਹੈ, ਰਾਮਲੀਲਾ ਮੈਦਾਨ ਦੇ ਵਿੱਚ ਅੱਜ ਇਹ ਮਹਾਂਪੰਚਾਇਤ ਰੱਖੀ ਗਈ ਹੈ। ਤਾਂ ਸਾਡੀਆਂ ਮੰਗਾਂ ਪੂਰੀਆਂ ਕਰੋ ਦੀ ਜੋ ਗੱਲ ਹੈ, ਜੋ ਕਾਲ ਹੈ ਉਹ ਦਿੱਤੀ ਜਾ ਰਹੀ ਹੈ। ਔਰ ਅੱਜ ਤੁਹਾਨੂੰ ਦਿੱਲੀ ਦੀ ਸੜਕਾਂ ਦੇ ਉੱਤੇ ਸਿਰਫ ਤੁਹਾਨੂੰ ਕਿਸਾਨ ਹੀ ਕਿਸਾਨ ਨਜ਼ਰ ਆਉਣਗੇ, ਉਹ ਫਿਰ ਭਾਵੇਂ ਫੁੱਟਪਾਥ ਦੇ ਸਾਈਡ ਦੇ ਕਿਨਾਰਿਆਂ ਦੇ ਉੱਤੇ ਬੈਠਣ ਦੀ ਗੱਲ ਹੋਵੇ ਜਾਂ ਫਿਰ ਸੜਕਾਂ ਦੇ ਉੱਤੇ ਆਉਂਦੇ ਕਿਸਾਨਾਂ ਦੇ ਕਾਫਲੇ ਹੋਣ, ਪੈਟਰੋਲ ਪੰਪਾਂ ਦੇ ਉੱਤੇ ਕਿਸਾਨ ਇੰਤਜ਼ਾਰ ਕਰਦੇ ਹੋਣ, ਬੱਸ ਅੱਡਿਆਂ ਦੇ ਉੱਤੇ ਇੰਤਜ਼ਾਰ ਕਰਦੇ ਹੋਣ, ਰੇਲਵੇ ਸਟੇਸ਼ਨਾਂ ਦੇ ਉੱਤੇ ਇੰਤਜ਼ਾਰ ਕਰਦੇ ਹੋਣ, ਬੱਸ ਸਟੈਂਡ ਦੇ ਉੱਤੇ ਇੰਤਜ਼ਾਰ ਕਰਦੇ ਹੋਣ, ਬੱਸਾਂ ਦੀ ਗੱਲ ਕਰ ਲਈਏ, ਹਰ ਥਾਂ ਦੇ ਉੱਤੇ ਅੱਜ ਤੁਹਾਨੂੰ ਕਿਸਾਨ ਹੀ ਕਿਸਾਨ ਨਜ਼ਰ ਆਉਣਗੇ। ਗੱਲਬਾਤ ਕਰਦੇ ਹਾਂ ਕਿਹੜੀ ਜਥੇਬੰਦੀ ਹੈ ਜੀ ਔਰ ਕਿਹੜੇ ਪਿੰਡੋਂ ਆਏ? ਭਾਰਤੀ ਕਿਸਾਨ ਜੀ ਲੱਖੋਵਾਲ, ਦਲਜੀਤ ਸਿੰਘ ਚਲਾਕੀ, ਜ਼ਿਲ੍ਹਾ ਪ੍ਰਧਾਨ ਰੂਪਨਗਰ, ਅਸੀਂ ਪੰਜਾਬ ਤੋਂ ਆਏ ਹਾਂ ਜੀ। ਅੱਜ ਜਿਹੜੀ 14 ਮਾਰਚ ਨੂੰ ਸਰਕਾਰ ਨੂੰ ਅਸੀਂ ਮਹਾਂਪੰਚਾਇਤ ਕਰਨ ਵਾਸਤੇ ਸਮਾਂ ਮੰਗਿਆ ਸੀਗਾ, ਭਾਵੇਂ ਕਿ ਸਰਕਾਰ ਨੇ ਸਾਨੂੰ ਸਮਾਂ ਦੇ ਦਿੱਤਾ ਕਿ ਤੁਸੀਂ ਆਪਣਾ ਇੱਥੇ ਧਰਨਾ ਮੁਜ਼ਾਹਰਾ ਕਰ ਸਕਦੇ ਹਾਂ, ਜੋ ਰਹਿੰਦੀਆਂ ਮੰਗਾਂ ਤੁਸੀਂ ਇਹ ਪੂਰੀਆਂ ਕਰ ਸਕਦੇ ਹਾਂ। ਪਰ ਸਰਕਾਰ ਬੇਈਮਾਨ, ਸਾਨੂੰ ਦਿੱਲੀ ਤੋਂ ਬਾਹਰ ਹੀ ਰੋਕਿਆ ਗਿਆ। ਸਾਨੂੰ ਪੰਜ ਪੰਜ ਛੇ ਛੇ ਦਸ ਦਸ ਕਿਲੋਮੀਟਰ ਪੈਦਲ ਚੱਲ ਕੇ ਰਾਮਲੀਲਾ ਗਰਾਊਂਡ 'ਚ ਪਹੁੰਚਣ ਨੂੰ ਮਿਲਿਆ। ਤਸਵੀਰ ਵੀ ਦਿਖਾ ਦਿਓ, ਦੇਖੋ ਲੰਗਰ ਇੱਥੇ ਵੀ ਸ਼ੁਰੂ ਕਰਤੇ ਬਾਬਿਆਂ ਨੇ, ਉਰੇ ਵੀ ਲੰਗਰ ਜਿਹੜੇ ਨੇ ਉਹ ਲਾਉਣੇ ਸ਼ੁਰੂ ਕਰ ਦਿੱਤੇ। ਹਾਲਾਂਕਿ ਅੰਦਰ ਤਾਂ ਇਜਾਜ਼ਤ ਨਹੀਂ ਦਿੱਤੀ, ਕਿਹਾ ਕਿ ਕਿਸੇ ਵੀ ਤਰੀਕੇ ਦਾ ਅੰਦਰ ਖਾਣ ਪੀਣ ਦਾ ਪ੍ਰਬੰਧ ਨਹੀਂ ਕਰ ਸਕਦੇ, ਕੋਈ ਤੁਸੀਂ ਆਪਣੇ ਭਾਂਡੇ ਟਿੰਡੇ ਨਹੀਂ ਲੈ ਕੇ ਆ ਸਕਦੇ, ਤਾਂ ਬਾਹਰ ਹੀ ਲੰਗਰ ਲਾਉਣੇ ਪੈ ਰਹੇ। ਸਾਨੂੰ ਲੰਗਰ ਬਾਹਰ ਹੀ ਲਾਉਣੇ ਪੈ ਰਹੇ ਹੈ, ਪਰ ਜਿਹੜਾ ਸਾਡਾ ਕਿਸਾਨ ਕੱਲ੍ਹ ਦਾ ਤੁਰਿਆ ਵਾ, ਉਹ ਭੁੱਖਣ ਪਾਣੇ, ਅਸੀਂ ਗੁਰਦੁਆਰਾ ਸਾਹਿਬ ਜਾਣ ਦਾ ਪ੍ਰੋਗਰਾਮ ਬਣਾਇਆ ਵਾ ਸੀਗਾ, ਪਰ ਕੇਂਦਰ ਦੀ ਸਰਕਾਰ ਨੇ ਸਾਨੂੰ ਗੁਰਦੁਆਰਾ ਸਾਹਿਬ ਜਾਣ ਤੋਂ ਰੋਕਿਆ। ਆ ਹੁਣ ਪਤਾ ਲੱਗਿਆ ਕਿ ਰਾਮਲੀਲਾ ਗਰਾਊਂਡ ਦੇ ਵਿੱਚ ਵੀ ਸਰਕਾਰ ਨੇ ਪਾਣੀ ਛੱਡ ਦਿੱਤਾ ਤਾਂ ਕਿੱਥੇ ਕਿਸਾਨਾਂ ਦਾ ਇਕੱਠ ਨਾ ਹੋਵੇ। ਅਸੀਂ ਇਸ ਦੀ ਪੁਰਜ਼ੋਰ ਨਿਖੇਧੀ ਕਰਦੇ ਹਾਂ, ਔਰ ਅਸੀਂ ਭਾਜਪਾ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਜੇਕਰ ਤੁਸੀਂ ਕਿਸਾਨਾਂ ਨਾਲ ਇਹੀ ਵਰਤਾਓ ਰੱਖਿਆ, ਤੁਹਾਨੂੰ ਇਹਦਾ ਖਮਿਆਜ਼ਾ ਭੁਗਤਣਾ ਪਊਗਾ। ਅਸੀਂ ਕਿਸਾਨ ਤਾਂ ਸਿਆਲ 'ਚ ਨਹੀਂ ਇਹਨਾਂ ਨੂੰ ਕੋਈ ਫਰਕ ਪਿਆ, ਨਾ ਧੁੱਪਾਂ 'ਚ ਪਿਆ, ਅਤੇ ਇਹ ਪਾਣੀ ਨਾਲ ਤਾਂ ਕੀ ਫਰਕ ਪੈ? ਨਹੀਂ, ਸਾਨੂੰ ਪਾਣੀ ਨਾਲ ਕੋਈ ਫਰਕ ਨਹੀਂ ਪੈਂਦਾ, ਅਸੀਂ ਪਾਣੀ 'ਚ ਕੰਮ ਕਰਦੇ ਹਾਂ ਖੇਤਾਂ 'ਚ, ਇੱਥੇ ਵੀ ਅਸੀਂ ਧਰਨਾ ਮੁਜ਼ਾਹਰਾ ਕਰਾਂਗੇ, ਰੋਸ ਮੁਜ਼ਾਹਰਾ ਕਰਾਂਗੇ। ਜੇਕਰ ਸਾਨੂੰ ਉੱਥੋਂ ਨਾ ਜਗ੍ਹਾ ਮਿਲੀ ਤਾਂ ਅਸੀਂ ਰੋਡ 'ਤੇ ਵੀ ਧਰਨਾ ਪ੍ਰਦਰਸ਼ਨ ਕਰੂੰਗੇ। ਤਾਰੇਗੇ ਵੀ ਜੇ ਸਾਨੂੰ ਲੋੜ ਪਈ, ਇਹ ਸਰਕਾਰ ਦਾ ਹੀਰ ਵੀਰਾ ਰਿਹਾ ਸੀ, ਕੱਪੜੇ ਲਾ ਕੇ ਵੀ ਪ੍ਰਦਰਸ਼ਨ ਕਰਾ ਗਏ ਮੋਦੀ ਸਰਕਾਰ ਦੇ ਖਿਲਾਫ਼। ਅੱਜ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਆਏ ਹੋ, ਕੀ ਲੱਗਦਾ ਅਸਰ ਕੀ ਪੈ ਰਿਹਾ? ਦਿੱਲੀ ਤਾਂ ਕਈ ਤਸਵੀਰਾਂ ਜਦੋਂ ਜਾ ਰਹੀਆਂ ਹੋਣਗੀਆਂ, ਤਾਂ ਇੱਕ ਵਾਰ ਤਾਂ ਦੇਖਦੇ ਹੋਣਗੇ ਕਿ ਕਿਸਾਨ ਇੱਥੇ ਵੀ ਪਹੁੰਚ ਸਕਦੇ ਨੇ, ਔਰ ਇੱਥੇ ਇਕੱਠ ਜਿਹੜਾ ਹੈ ਉਹ ਇੰਨਾ ਜ਼ਿਆਦਾ ਇਹਨਾਂ। ਦੇਖੋ, ਸਰਕਾਰ ਦੇ ਰੋਕਣ ਦੇ ਬਾਵਜੂਦ ਵੀ ਠਾਠਾਂ ਮਾਰਦਾ ਇਕੱਠ ਦਿੱਲੀ ਦੇ ਬਰੂਹਾਂ 'ਤੇ ਪਹੁੰਚ ਚੁੱਕਿਆ। ਰਾਮਲੀਲਾ ਜਿਹੜਾ ਗਰਾਊਂਡ ਹੈ ਇਹ ਨੱਕੋ ਨੱਕ ਭਰਿਆ ਵਾ, ਆਲੇ ਦੁਆਲੇ ਸਾਰੇ ਦਿੱਲੀ ਦੇ ਸੜਕਾਂ 'ਤੇ ਕਿਸਾਨ ਪਹੁੰਚ ਰਹੇ ਆ। 11 ਵਜੇ ਤੱਕ ਦੇਖੋ ਦਿੱਲੀ ਵਿੱਚ ਪੈਰ ਧਰਨ ਨੂੰ ਜਗ੍ਹਾ ਨਹੀਂ ਮਿਲਣੀ, ਇੰਨਾ ਕਿਸਾਨ ਸਾਡਾ ਇੱਥੇ ਪਹੁੰਚ ਜਾਊਗਾ। ਕਿਸਾਨ ਕਹਿ ਰਹੇ ਨੇ ਕਿ ਇੱਥੇ ਪਹੁੰਚ ਜਾਊਗਾ, ਤਾਂ ਪਿਛਲੇ ਪਾਸੇ ਵੱਖ ਵੱਖ ਜਥੇਬੰਦੀਆਂ ਦੇ ਜਿਹੜੇ ਆਗੂ ਨੇ ਉਹ ਵੀ ਲਗਾਤਾਰ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ।
ਤਾਂ ਪਿਛਲੇ ਪਾਸੇ ਤੁਸੀਂ ਵੇਖੋਗੇ ਇੱਧਰਲੇ ਪਾਸੋਂ ਹੈ ਜੀ ਰਾਹ, ਅੱਗੇ ਨੂੰ ਜਾਓਗੇ ਤਾਂ ਜਿਹੜਾ ਗੋਲ ਚੱਕਰ ਆਊਗਾ ਇੱਧਰਲੇ ਪਾਸੇ ਨੂੰ ਰਾਹ ਹੈ ਜੀ। ਤਾਂ ਇੱਥੇ ਵੀ ਤੁਸੀਂ ਦੇਖੋਗੇ ਹੋਰ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ, ਇਹ BKU ਉਗਰਾਹਾਂ ਲੱਗਦੀਆਂ, ਉਗਰਾਹਾਂ ਜਥੇਬੰਦੀ ਦੇ ਜਿਹੜੇ ਇਸ ਵੇਲੇ ਕਿਸਾਨ ਨੇ ਉਹ ਬੱਸਾਂ ਦੇ ਵਿੱਚੋਂ ਇਸ ਤਰੀਕੇ ਨਾਲ ਦੇਖੋ ਬੱਸਾਂ ਦੀਆਂ ਬੱਸਾਂ ਭਰ ਭਰ ਕੇ ਕਿਸਾਨਾਂ ਦੀਆਂ, ਕਿਉਂਕਿ ਲੋਕਲ ਬੱਸਾਂ ਦੇ ਵਿੱਚ ਹੀ ਜਿਹੜਾ ਹੈ ਇਹਨਾਂ ਨੂੰ ਸਫ਼ਰ ਕਰਨਾ ਪੈ ਰਿਹਾ, ਲੋਕਲ ਬੱਸਾਂ ਦੇ ਰਾਹੀਂ ਹੀ ਇਹਨਾਂ ਨੂੰ ਆਉਣਾ ਪੈ ਰਿਹਾ। ਰਾਤ ਕਿੱਥੇ ਰੁਕੇ ਸੀ ਤੁਸੀਂ? ਹੈ ਜੀ ਗੁਰੂ ਘਰ ਰੁਕੇ ਸੀ, ਬੰਗਲਾ ਸਾਹਿਬ। ਬੰਗਲਾ ਸਾਹਿਬ ਜੀ ਜੀ, ਉੱਥੋਂ ਦੀ ਫਿਰ ਹੁਣ ਆਉਣ 'ਚ ਕੋਈ ਦਿੱਕਤ ਨਹੀਂ ਜੀ? ਕੋਈ ਦਿੱਕਤ ਨਹੀਂ, ਕੋਈ ਦਿੱਕਤ ਨਹੀਂ। ਸਭ ਕੁਝ ਠੀਕ ਹੈ, ਤੁਸੀਂ ਆ ਗਏ? ਕਿਹੜੀ ਜਥੇਬੰਦੀ ਕਿਹੜੀ ਹੈ ਜੀ? ਪੰਜਾਬ ਕਿਸਾਨ ਯੂਨੀਅਨ। ਤਾਂ ਇੱਧਰਲੇ ਪਾਸੇ ਵੀ ਤੁਸੀਂ ਵੇਖੋਗੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਪਹੁੰਚੇ ਹੋਏ ਨੇ। ਹਾਂਜੀ, ਕਿਹੜੀ ਜਥੇਬੰਦੀ ਹੈ ਬਾਪੂ ਜੀ ਆਪਣੀ? ਭਾਰਤੀ ਕਿਸਾਨ ਯੂਨੀਅਨ ਦਾ ਅਗਰਾਹਾਂ ਜੀ। ਅਗਰਾਹਾਂ? ਹਾਂਜੀ। ਰਾਤ ਕਿੱਥੇ ਰੁਕੇ ਸੀਗੇ? ਰਾਤ ਆਪਾਂ ਰੋਡ ਤੇ ਰਹੇ ਆ, ਚੱਲਦੇ ਰਹੇ, ਸਫ਼ਰ ਕਰਦੇ ਰਹੇ। ਹਾਂਜੀ, ਰਾਤ ਸਫ਼ਰ ਕਰਦੇ ਰਹੇ, ਸਵੇਰੇ ਇੱਥੇ ਪਹੁੰਚ ਗਏ ਡੇਰਾ ਬਾਬਾ ਨਾਨਕ ਤੋਂ ਚੱਲੇ ਆ ਆਪਾਂ। ਡੇਰਾ ਬਾਬਾ ਨਾਨਕ ਸਾਰਾ ਹੀ ਆਏ ਹੋ ਜੀ? ਬਸ ਰਹੀ। ਕੋਈ ਦਿੱਕਤ ਪਰੇਸ਼ਾਨੀ ਬੱਸਾਂ ਦੀ? ਹਾਲਾਂਕਿ ਪਿੱਛੇ ਚੈਕਿੰਗ ਵਾਸਤੇ ਵੀ ਪੁੱਛਿਆ ਜਾ ਰਿਹਾ। ਹਰਿਆਣਾ ਪ੍ਰਸ਼ਾਸਨ ਨੇ ਜਿਹੜੇ ਉਹ ਰੋਡ ਜਾਮ ਕੀਤੇ ਆ ਜਿੱਥੇ ਕਿੱਲ ਕਰਕੇ ਜਿਹੜੀ ਨਾਕਾਬੰਦੀ ਕੀਤੀ ਹੈ, ਉੱਥੇ ਆਪਾਂ ਨੂੰ ਪਰੇਸ਼ਾਨੀ ਆਈ ਹੈ। ਫਿਰ ਆਪਾਂ ਪਿੰਡਾਂ ਦਾ ਹੀ ਹੋ ਕੇ ਆਏ ਹਾਂ, ਪਿੰਡਾਂ ਦੇ ਰਸਤੇ ਹੋ ਕੇ ਆਉਂਦੇ ਆ। ਪਿੰਡਾਂ ਦੇ ਰਸਤੇ ਜਿਹੜੇ ਨੇ ਉਹ ਕਿਸਾਨ ਪਹੁੰਚ ਰਹੇ ਨੇ। ਤਾਂ ਦੇਖੋ ਅੱਜ ਤੁਹਾਨੂੰ ਦਿੱਲੀ ਦੀਆਂ ਸੜਕਾਂ ਦੇ ਉੱਤੇ ਕਿਸਾਨ ਜੋ ਨੇ ਉਹ ਨਜ਼ਰ ਆਉਣਗੇ। ਤਾਂ ਹੱਥਾਂ ਦੇ ਵਿੱਚ ਝੰਡੇ ਫੜੇ ਹੋਏ ਨੇ, ਕਿਸਾਨੀ ਝੰਡੇ ਲੈ ਕੇ ਅੱਜ ਕਿਸਾਨ ਦਿੱਲੀ ਦੀਆਂ ਸੜਕਾਂ ਦੇ ਉੱਤੇ ਨੇ। ਤਾਂ ਕਿਸਾਨਾਂ ਦੇ ਵੱਲੋਂ ਅੱਜ ਮਹਾਂ ਪੰਚਾਇਤ ਕੀਤੀ ਜਾਣੀ ਹੈ, ਕਿਸਾਨ ਮਜ਼ਦੂਰ ਮਹਾਂ ਪੰਚਾਇਤ ਹੋਣੀ ਹੈ। ਔਰ ਇਸ ਮਹਾਂ ਪੰਚਾਇਤ ਤੋਂ ਪਹਿਲਾਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਰਾਮਲੀਲਾ ਮੈਦਾਨ ਜੋ ਹੈ ਭਰਨਾ ਸ਼ੁਰੂ ਹੋ ਚੁੱਕਿਆ ਹੈ। ਹਾਂਜੀ, ਤਾਂ ਬੰਦੇ ਕਹਿੰਦੇ ਅੱਜ ਫਤਿਹ ਕਰਵਾ ਦਿਓ, ਇਹਨਾਂ ਦਾ ਕੰਮ ਜਿਹੜਾ ਵੀ ਇਹਨਾਂ ਦੀਆਂ ਮੰਗਾਂ ਉਹ ਪੂਰੀਆਂ ਹੋ ਜਾਣੀਆਂ ਚਾਹੀਦੀਆਂ ਨੇ। ਤਾਂ ਕਿਸਾਨ ਇੱਥੇ ਆਪਣੀਆਂ ਮੰਗਾਂ ਨੂੰ ਲੈ ਕੇ ਜੋ MSP ਦੀ ਗਰੰਟੀ ਹੈ ਉਸ ਨੂੰ ਲੈ ਕੇ ਇੱਥੇ ਪਹੁੰਚੇ ਨੇ। ਤਾਂ ਉਸ ਗਰੰਟੀ ਨੂੰ ਲੈ ਕੇ ਇੱਥੇ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਰੱਖੀਆਂ ਜਾਣਗੀਆਂ। ਔਰ ਇੱਥੇ ਤੁਸੀਂ ਦੇਖੋ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਜਿਹੜਾ ਹੈ ਉਹ ਕਿਸਾਨਾਂ ਦੇ ਵੱਲੋਂ ਕਰ ਦਿੱਤਾ ਗਿਆ। ਜਿਹੜੇ ਕਿਸਾਨ ਆ ਰਹੇ ਨੇ ਦੂਰੋਂ ਦੂਰੋਂ, ਤਾਂ ਉਹਨਾਂ ਦੇ ਵਾਸਤੇ ਰਹਿਣ ਦੇ ਵਾਸਤੇ ਔਰ ਖਾਸ ਤੌਰ ਦੇ ਉੱਤੇ ਖਾਣ ਪੀਣ ਦਾ ਪ੍ਰਬੰਧ ਜੋ ਹੈ ਉਹ ਇਹਨਾਂ ਕਿਸਾਨਾਂ ਦੇ ਵੱਲੋਂ ਕੀਤਾ ਗਿਆ। ਤਾਂ ਦਿੱਲੀ ਦੀ ਸੜਕਾਂ ਦੇ ਉੱਤੇ ਤੁਹਾਨੂੰ ਕਿਸਾਨ ਨਜ਼ਰ ਆ ਰਹੇ ਹੋਣਗੇ, ਹੱਥਾਂ ਦੇ ਵਿੱਚ ਝੰਡੇ ਨੇ। ਤਾਂ ਅੰਦਰ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਸੀ, ਬੀਬੀਆਂ ਵੀ ਆਈਆਂ ਨੇ, ਬੀਬੀਆਂ ਨਾਲ ਵੀ ਗੱਲਬਾਤ ਜ਼ਰੂਰ ਕਰਾਂਗੇ। ਬੀਬੀਆਂ ਵੀ ਨਾਲ ਧਰਨੇ 'ਚ ਯੋਗਦਾਨ ਦੇਣ ਪਹੁੰਚੀਆਂ। ਹਾਂਜੀ ਬੇਬੇ, ਕਿਹੜੇ ਪਿੰਡ ਹੋ ਜੀ? ਖੈਰਾ ਕੋਟਲੇ, ਗੁਰਦਾਸਪੁਰ ਜ਼ਿਲ੍ਹਾ। ਗੁਰਦਾਸਪੁਰ ਤੋਂ? ਹਾਂਜੀ। ਬੀਬੀਆਂ ਵੀ ਆਈਆਂ। ਬੀਬੀ ਸਤਿ ਸ਼੍ਰੀ ਅਕਾਲ, ਠੀਕ ਹੋ? ਹਾਂਜੀ ਠੀਕ ਠਾਕ ਬੇਟਾ। ਵਾਟ ਬਹੁਤ ਲੰਬੀ ਸੀ, ਸਫ਼ਰ ਲੰਬਾ ਸੀਗਾ, ਥੱਕੇ ਤਾਂ ਨਹੀਂ ਤੁਸੀਂ? ਗੱਲ ਨਹੀਂ, ਨਹੀਂ ਥੱਕੇ, ਹੱਕ ਲੈਣ ਆਏ ਆ, ਥੱਕਾਂਗੇ ਕਿਉਂ? ਅਸੀਂ ਮੋਦੀ ਕੋ ਮੰਗਣ ਥੋੜਾ ਆਏ ਆ। ਅਸੀਂ ਨਿੰਦਰੇ ਤਾਂ ਨਹੀਂ, ਨਿੰਦਰੇ ਤਾਂ ਨਹੀਂ ਹੈਗੇ, ਅਸੀਂ ਨਿੰਦਰੇ ਦੀ ਪਰਵਾਹ ਨਹੀਂ ਕਰਦੇ ਪੰਜਾਬੀ। ਹਾਂ ਕਦੇ ਵੀ ਸਾਨੂੰ ਕੋਈ ਵੀਰ। ਠੀਕ ਹੋ ਤੁਸੀਂ? ਹਾਂ ਬਿਲਕੁਲ ਠੀਕ ਠਾਕ ਹੈ, ਵਧੀਆ ਆ। ਹਾਂਜੀ ਸਾਰਾ ਹੀ ਆਏ? ਹਾਂਜੀ ਹਾਂਜੀ, ਹਾਂ ਬੱਸਾਂ ਤੇ ਆਏ ਜੀ। ਕਿਵੇਂ ਅੱਜ ਕਿਵੇਂ ਦੇਖਦੇ ਅੱਜ ਹੱਕਾਂ ਦੀ ਗੱਲ ਹੋਣੀ ਹੈ ਇੱਥੇ? ਹਾਂਜੀ ਹੱਕ ਹੀ ਲੈਣ ਆਏ ਆਪਣੇ, ਸਾਡੇ ਹੱਕ ਕਹਿੰਦੇ। ਦੇਖੋ ਬੀਬੀ ਕਿਵੇਂ ਝੰਡਾ ਦਿਖਾ ਕੇ ਟ੍ਰੈਫਿਕ ਰੋਕਤਾ ਪੂਰਾ, ਕਹਿੰਦੇ ਬੇਬੇ ਨੇ ਲੰਘਣਾ। ਤਾਂ ਆ ਹੈ ਦੇਖੋ ਸਾਡੀਆਂ ਬੀਬੀਆਂ, ਇਹ ਬੇਬੇ ਸਾਡੀ ਜਿਹੜੀ ਸਿੰਘੂ ਬਾਰਡਰ ਦੇ ਉੱਤੇ ਡਟੀਆਂ ਰਹੀਆਂ, ਟਿਕਰੀ ਬਾਰਡਰ ਦੇ ਉੱਤੇ ਡਟੀਆਂ ਰਹੀਆਂ, ਔਰ ਹੁਣ ਇੱਕ ਵਾਰ ਫਿਰ ਤੋਂ ਜੋ ਨੇ ਉਹ ਦਿੱਲੀ ਦੇ ਵਿੱਚ ਪਹੁੰਚ ਚੁੱਕੇ ਨੇ। ਤਾਂ ਲਗਾਤਾਰ ਤੁਹਾਨੂੰ ਤਸਵੀਰ ਜਿਹੜੀ ਆ ਉਹ ਕਿਸਾਨ ਅੰਦੋਲਨ ਦੀ ਅਸੀਂ ਦਿਖਾਉਂਦੇ ਰਵਾਂਗੇ। ਅੱਜ ਦਿੱਲੀ ਦੇ ਵਿੱਚ ਕਿਸਾਨਾਂ ਦੀ ਵੱਡੀ ਕਿਸਾਨ ਮਜ਼ਦੂਰ ਮਹਾਂ ਪੰਚਾਇਤ ਹੈ, ਔਰ ਉਸਦੀ ਤੁਹਾਨੂੰ ਸਾਰੀ ਅਪਡੇਟ ਅਸੀਂ ਆਪਣੇ ਚੈਨਲ ਦੇ ਉੱਤੇ ਦਿੰਦੇ ਰਵਾਂਗੇ। ਕੈਮਰਾ ਪਰਸਨ ਦਵਿੰਦਰ ਨਾਲ ਗਗਨਦੀਪ ਸਿੰਘ, ਪ੍ਰੋ ਪੰਜਾਬ TV।